सब्सक्राइब करो पंजाबी रियल टीवी नप्पदो। हेलो जी, माय नेम इज रमेश सिंह एंड यू आर वाचिंग मी ऑन पंजाबी रियल टीवी। सो गाइस, किदां चल रहे हो तुहाडे दिन जिहड़े लॉकडाउन दे, मैनूं कमेंट करके जरूर दस्सिओ। ते अज दी वीडियो हैगी है इक बहुत वधिया वीडियो बयान एक्चुअली नासर मदनी साहब दा, ते देखांगे बिना किसी देर दे। पर उस तों पहले अपने चैनल कर लो सबसक्राइब एंड मेक श्योर यू हिट द सबसक्राइब बटन नाउ। प्लीज़ डू सबसक्राइब, घर वेले बैठे यार कर लो सबसक्राइब, तुहाडा बिल जांदा दस, कमाल हुई पई है। चलो ठीक है, कर दें शुरू वीडियो, लेट गेट स्टार्टेड। तो बड़ी भी औरत नु कोई इज्जत चाहिदी, चलिए तेरे कहने ते अल्लाह पाक ने शान बख्शिया बीबी हाजरा नु, पानी रोक दिता जमजम ओथे रोकता के बाहर नहीं फैलना। तू अजे नहीं, इस्लाम ने मेनू इज्जत नहीं दिती। ਇੱਥੇ ਤੰਦੂਰ ਤੇ ਜਨਾਬ ਜੀ ਗਨੀਆਂ ਦੇ ਪਾਵੇ ਤੇ ਨਾਸ਼ਤਾ ਲੈਣ ਜਾਈਏ, ਲੈਣ ਚ ਲੱਗੇ ਹੋਈਏ ਤੇ ਜਨਾਬ ਜੀ ਇੱਕ ਬੀਬੀ ਆ ਜਾਏ ਤੇ ਅਸੀਂ ਸਾਰੇ ਇਕੱਠੇ ਹੋ ਕਹਿੰਦੇ ਆ ਔਰਤ ਆਈਏ ਇਹਨੂੰ ਪਹਿਲੇ ਸੌਦਾ ਦੇ ਲਓ, ਬਾਅਦ ਚੋਂ ਅਸੀਂ ਲੈਣਾ। ਗੱਡੀ ਚ ਬੈਠੇ ਹੋਈਏ ਨਾ ਬੱਸ ਦੀ ਸੀਟ ਤੇ ਤੇ ਬੀਬੀ ਆਂਜੀ ਆ ਜਾਵੇ, ਪੁੱਤਰ ਤਵੱਜੋ ਤਵੱਜੋ ਚੰਨ ਤਵੱਜੋ। ਬੀਬੀ ਅੰਦਰ ਆ ਜਾਵੇ ਤੇ ਬੂਆ ਖੋਲਾ ਜੀ ਬੱਸ ਦਾ ਖੁੱਲੇ ਤੇ ਅੰਦਰ ਪਏ, ਕਈ ਬੰਦੇ ਸੀਟ ਤੋਂ ਉੱਠ ਪੈਂਦੇ। ਅੱਛਾ ਗੱਲ ਕਰ ਰਹੇ ਮੁਸਲਿਮ ਲੇਡੀਜ਼ ਦੀ, ਇੱਜ਼ਤ ਨਹੀਂ ਕਰਦੇ ਸਾਡੀ। ਅੱਲਾ ਜਾਂਦਾ ਸ਼ਿਕਰ ਦੁਪਹਿਰ ਲੱਗੀ ਹੋਵੇ, ਅਗਰ ਸਾਹਿਬ ਸ਼ਿਕਰ ਦੁਪਹਿਰ ਜੂਨ ਜੁਲਾਈ ਦੀਆਂ ਤੁਪਾਂ ਹੋਣ ਵਿੱਚ ਏਸੀ ਲੱਗਾ ਹੋਵੇ ਗੱਡੀ, ਅੱਲਾ ਨਾ ਕਰੇ ਗੱਡੀ ਪੈਂਚਰ ਹੁੰਦੀ, ਬੰਦੇ ਦੀ ਕਾਟਨ ਗੋਸਕੀ ਪਸੀਨੇ ਨਾਲ ਭਿੱਜ ਜਾਂਦੀ। ਬੀਬੀ ਅੰਦਰ ਏਸੀ 'ਚ ਬੈਠੀ ਹੁੰਦੀ ਹੈ ਤੇ ਬੀਬਾ ਵਿਚਾਰਾ ਸਟੱਪਣੀ ਲਾ ਰਿਹਾ ਹੁੰਦਾ ਹੈ ਸਾਹਿਬ ਇੰਜੀ, ਤੇ ਹਜੇ ਆਂਦੀਆਂ ਸਾਨੂੰ ਇੱਜ਼ਤ ਨਹੀਂ ਬਣਤ ਦਿੰਦੇ। ਜਿੰਨੇ ਬੈਠੇ ਨੇ ਉਲਮਾਏ ਕਰਾਮ, ਇਹਨਾਂ ਨੂੰ ਪੁੱਛੋ, ਸਾਰੇ ਉਲਮਾਏ ਕਰਾਮ ਨੇ ਇਹ ਮੌਜੂ ਬਿਆਨ ਕੀਤੇ। ਮੈਂ ਕਹਿਣਾ ਕਿ ਅਜੇ ਆਂਦੀਆਂ ਸਾਨੂੰ ਮੁਸਲਮਾਨ ਇੱਜ਼ਤ ਨਹੀਂ ਦਿੰਦੇ। ਸਾਰੇ ਰੋਜ਼ੇ ਤੁਸੀਂ ਘਰ ਬਹਿ ਕੇ ਰੋਜ਼ੇ ਰੱਖਦੀਆਂ, ਅਸੀਂ ਦਹੀਂ ਲੈਣ ਲੈਣਾ ਚ ਲੱਗੇ ਹੁੰਦੇ। ਉੱਥੇ ਸਰਦੀ ਵਾਲੇ ਨੀਂਦ ਖਰਾਬ ਕਰਕੇ ਬੰਦੇ ਜਾਂਦੇ ਨੇ ਕਿ ਨਹੀਂ, ਤੇ ਜੇ ਬੀਬੀਆਂ ਵੀ ਆਉਣ ਤੇ ਆਉਂਦੇ ਨੇ ਪਹਿਲਾਂ ਔਰਤ ਨੂੰ ਦਵੋ ਯਾਰ, ਤੇ ਫਿਰ ਅਸੀਂ ਜਰਾਬੇ ਵਾਲਾ ਸੌਦਾ ਲੈ ਲਾਂਗੇ। ਅਜੇ ਵੀ ਆਉਂਦੀ, ਚਲੋ ਆਪ ਗਰਮੀ ਚ ਏਸੀ ਜੀ ਪੈਂਦੀਆਂ, ਡੀਆਂ ਬੰਦੇ ਲਾਉਣ ਚੜਦੇ ਨੇ ਖਵਾਬਾਂ ਦੇ ਖੰਭੇ ਤੇ ਭਾਵੇਂ ਫੁੱਟ ਜੇ। ਅਜੇ ਆਉਂਦੀ ਇਹ ਮਗਰਬ ਨੂੰ ਕਾਪੀ ਕਰਦੀਆਂ, ਜੇ ਕਹਿੰਦੀਆਂ ਜਿਵੇਂ ਇਸਲਾਮ ਤੇ ਮਰਾਜੀ ਪਾਕਿਸਤਾਨ ਸਾਨੂੰ ਇੱਜ਼ਤ ਨਹੀਂ ਦਿੰਦਾ ਔਰਤਾਂ ਨੂੰ। ਮਗਰਬ ਦੀਆਂ ਔਰਤਾਂ ਸਵੇਰੇ ਕੰਮ ਤੇ ਜਾਂਦੀਆਂ, ਸ਼ਾਮ ਨੂੰ ਆਉਂਦੀਆਂ, ਤੇ ਤੁਸੀਂ ਸੋਕਣਾ ਖਾ ਲਓ ਘਰ ਬਹਿ ਕੇ। ਪਾਕਿਸਤਾਨ ਸਭ ਤੋਂ ਜ਼ਿਆਦਾ ਸੁਰਖੀ ਪਾਊਡਰ ਵਿਕਦਾ, ਆਉਂਦੀਆਂ ਨੇ ਪਾਕਿਸਤਾਨ ਚ ਇੱਜ਼ਤ ਨਹੀਂ। ਬੰਦੇ ਦਾ ਕੱਪੜਾ 3000 ਦਾ, 2000 ਦਾ, 2500 ਦਾ, 800 ਦਾ, ਮੈਂ ਫੈਸਲਾਬਾਦ ਜਨਾਬੇ ਵਾਲਾ ਮੈਂ ਵੇਂਦਾ ਰਹਿੰਦਾ, ਉੱਥੋਂ 800,000 ਦਾ ਸੂਟ ਚੱਲਦਾ ਹੈ, ਵਿਕਦਾ ਵਕਾਂ ਦਾ 2500, 10,000, 8,000, ਬੰਦੇ ਦਾ 3000, 4,000, ਹੱਦ 5,000 ਦਾ ਸੂਟ ਲੈ ਲਓ, ਜਨਾਬੇ ਵਾਲਾ ਕੋਈ ਹੋਰ ਲਾ ਲਓ, MPA ਸਾਹਿਬ 10,000 ਦਾ ਲਾ ਲਓ, ਸੱਚੀ ਗੱਲ 12 ਦਾ ਲਾ ਲਓ, 13 ਦਾ ਲਾ ਲਓ, ਸ਼ਕੂਰ ਸਾਹਿਬ ਦਾ 15 ਦਾ ਲਾ ਲਓ, ਹੈਂ ਚਲੋ ਸਹੀ ਸਾਹਿਬ ਦਾ 16 ਸਾਲ ਦਾ, ਕਲੈਰੀ ਸਾਹਿਬ ਦਾ 16। ਮੈਂ ਤੇ ਮਿਸਾਲ ਦਿੱਤੀ, ਉਹ ਬੜਾ ਵੀ ਬੰਦਾ ਛਾਲ ਮਾਰੇ ਨਾ ਜਿਦਨ ਧੂਲਾ ਬਣਦਾ ਹੈ ਤੇ ਕੋਈ ਪੰਜ ਲਓ ਜੀ ਪੰਜ ਤੇ ਗੱਲ ਮੁੱਕ ਗਈ। ਲਓ ਜੀ ਬੰਦਾ ਬੜੀ ਵੀ ਛਾਲ ਮਾਰੇ ਨਾ, ਆਹ ਵਾਸਕਰ ਲੈ ਲੂ, ਆਹ ਸੂਟ ਲੈ ਲੂ ਸਵਾ ਲੇਗਾ, ਤੇ 2 ਮਹੀਨੇ 4-5 ਮਹੀਨੇ ਸੂਟ ਨਹੀਂ ਸਵਾਉਂ। ਬੀਬੀਆਂ ਦਾ ਜਨਾਜ਼ੇ ਲਈ ਹੋਰ, ਮਰਗ ਲਈ ਹੋਰ, ਮੰਨੀ ਲਈ ਹੋਰ, ਬੋਲੋ ਇਹ ਤਾਂ ਸੱਚ ਹੈ ਭਾਈ। ਸਾਡੇ ਚੀਫ ਜਸਟਿਸ ਸਾਹਿਬ ਦੀ ਬਹੂ ਦਾ 2 ਕਰੋੜ ਦਾ ਸੁਣਿਆ ਸੂਟ ਬਣਿਆ, 2 ਕਰੋੜ, ਮੈਕਸੀ ਨਕਸ਼ੀ ਦਬਕਾ ਕੋਰਾ ਹੈ ਤਿੱਲਾ ਹੈ, ਬੱਲੇ 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 ਬੱਲੇ, ਇਹ ਸਾਰੇ ਅਸੀਂ ਕੰਮ ਕਰੀਏ ਤੇ ਫਿਰ ਬੀਬੀਆਂ ਆਖਣ ਵੀ ਬੰਦੇ ਇੱਜ਼ਤ ਨਹੀਂ ਦਿੰਦੇ। ਅੱਧੀ ਸੇਪ ਅਲਮਾਰੀ ਬੀਬੀਆਂ ਦੇ ਕੱਪੜਿਆਂ ਨਾਲ ਤੇ ਰੁਮਾਲਾਂ ਨਾਲ, ਨਹੁੰ ਦਾ ਵੱਖਰਾ ਕਲਰ, ਜੁੱਤੀ ਦਾ ਵੱਖਰਾ, ਦੁਪੱਟੇ ਦਾ ਅੱਲ ਲਾਰੀ, ਥੱਕ ਗਏ ਨੇ ਕੱਪੜੇ ਰੰਗ ਰੰਗ, ਬੀਬੀਆਂ ਦੇ ਕਲਰ ਨਹੀਂ ਮੈਚ ਹੁੰਦੇ, ਸੱਚੀ ਗੱਲ। ਜਾਓ ਲਾਰੀਆਂ ਨੂੰ ਵੇਖ ਲਓ, ਜਾ ਉਹ ਰੰਗੀ ਆਉਂਦੇ ਨੇ ਲਈ ਆਉਂਦੀ, ਬੰਦੇ ਕਸਮੇ 1 ਏਕੜ ਮਾਲ ਲੈ ਆਉਣ ਨਾ, 1 ਕੋਟੀ ਲੈ ਆਉਣ ਤੇ ਸਾਲ ਬੰਨੇ, 2 ਸਾਲ ਬੰਨੇ, ਆਹ ਕਈਆਂ ਪਿਛਲੇ ਸਾਲ ਦੀਆਂ ਕੋਟੀਆਂ ਪਾਈਆਂ, ਕਈਆਂ ਭਾਪਾ ਇੱਕ ਨਹੀਂ, ਕਈਆਂ ਉਦੋਂ ਪਿਛਲੇ ਸਾਲ ਦੀਆਂ ਪਾਈਆਂ। ਸਹੀ ਗੱਲ ਹੈ, ਤੇ ਜੋ ਜਰ ਲਾਉਂਦੇ ਹੀ ਨਹੀਂ ਨਾ, ਉਹੋ ਹੀ ਲਾ ਲਿਆ, ਉਹ ਪਾ ਲਿਆ, ਉਹ ਲਾ ਲਿਆ, ਉਹ ਪਾ ਲਿਆ, ਸੱਚੀ ਗੱਲ।
ਜਿਨੇ ਬੈਠੇ ਵੇਖ ਲੋ ਤੇ ਜਨਾਬ ਪੇੜਾਂਦੀਆਂ ਨੇ ਵੀ ਮੁਸਲਮਾਨ ਇੱਜ਼ਤ ਨਹੀਂ ਦਿੰਦੇ ਮੈਂ ਆਪਣੀਆਂ ਭੈਣਾਂ ਨੂੰ ਕਵਾਂਗਾ ਨਾ ਬੀਬੀਆਂ ਦੇ ਮਗਰ ਨਾ ਲੱਗੋ ਨੀ ਭੈਣੇ ਉਹ ਵਕਤ ਤੋਂ ਡਰ ਨਵਾਬ ਚੌਕ ਗੱਡੀ ਚ ਬਵੇ ਤੇ ਤੂੰ ਆਖ ਵੀਰ ਮੈਨੂੰ ਸੀਟ ਦੇਈ ਉਹ ਆਖੇ ਟਿਕਟ ਮੇਰੀ ਸੀਟ ਮੇਰੀ ਮੇਰੀ ਮਰਜ਼ੀ ਸਹੀ ਗੱਲ ਹੈ ਉਹ ਵਕਤ ਤੋਂ ਡਰੋ ਮੈਂ ਸਭ ਨੂੰ ਕਵਾਂਗਾ ਆਪਣੀਆਂ ਭੈਣਾਂ ਨੂੰ ਕਿ ਇਹ ਅਵਾਰਾ ਔਰਤਾਂ ਦਾ ਨਾਰਾ ਹੈ ਕਿਹਦੀ ਮਰਜ਼ੀ ਚੱਲ ਸਕਦੀ ਕਿਸੇ ਦੀ ਵੀ ਨਹੀਂ ਚੱਲ ਸਕਦੀ ਜਦੋਂ ਕਲਮਾ ਪੜ ਲਿਆ ਮਰਜ਼ੀ ਰੱਬ ਦੀ ਚੱਲੇਗੀ ਮੁਸਤਫਾ ਦੀ ਚੱਲੇਗੀ ਸਹੀ ਹੈ ਗੱਲ ਸਮਝਾਉਂਦਾ ਇਹਨਾਂ ਦਾ ਤਰੀਕਾ ਬੜਾ ਡਿਫਰੈਂਟ ਹੁੰਦਾ ਯਾਰ ਸ਼ੇਰ ਨਾਲ ਮਿਲ ਕੇ ਪੜ ਲੋ ਅਸੀਂ ਨੀ ਕਿਸੇ ਦੀ ਮਰਜ਼ੀ ਕਰਦੇ ਕਿਉਂਕਿ ਮਰਜ਼ੀ ਮੁਸਤਫਾ ਦੀ ਏ ਬੋਲੋ ਸਾਡੇ ਨੱਕ ਚ ਨਕੇਲ ਕਿਹਦੀ ਗੁਲਾਮੀ ਦੀ ਏ ਮੁਸਤਫਾ ਦੀ ਗੁਲਾਮੀ ਅਸੀਂ ਨੀ ਬੋਲ ਸਕਦੇ ਆਪਣੀ ਮਰਜ਼ੀ ਨਾਲ ਨਹੀਂ ਚੱਲ ਸਕਦੇ ਨਹੀਂ ਕਿਉਂ ਮਿਲ ਕੇ ਪੜੋ ਇਹ ਦਿਲ ਵੀ ਤੁਮਾਰਾ ਹੈ ਮੁੰਡਿਓ ਮਿਲ ਕੇ ਪੜੋ ਅੱਛਾ ਵੀ ਚਲੋ ਮੈਂ ਕਰਾ ਦਿੰਦਾ ਜਿਹੜੇ ਮੁੰਡਿਆਂ ਨੇ ਦਿਲ ਦੁਲ ਵੇਚਿਆ ਨਾ 14 ਫਰਵਰੀ ਨੂੰ ਡੇ ਤੇ ਉਹ ਨਾ ਬੋਲਣ ਤੇ ਜਿਹੜੇ ਬਵਨ ਬਲੇਟ ਮਾਰਦੇ ਨੇ ਉਹ ਵੀ ਨਾ ਬੋਲਣ ਤੇ ਬਾਕੀ ਸਾਰੇ ਬੋਲਣ ਇਹ ਦਿਲ ਵੇ ਤੋਂ ਸਾਰਿਆਂ ਦੀ ਆਵਾਜ਼ ਹੈ ਕਮਲੀ ਵਾਲੇ ਨੂੰ ਦਈਏ ਮਿਲ ਕੇ ਪੜਨਾ ਹੈ ਇਹ ਦਿਲ ਵੇ ਔਰ ਇਹ ਜਾਂ ਵੀ ਸਹੀ ਹੈ ਯਾਰ ਮਤਲਬ ਸਿੱਧੀਆਂ ਗੱਲਾਂ ਟੋਕਦੇ ਆ ਤਾਂ ਬਹੁ ਮਰਜ਼ੀ ਕਰੇ ਤੇ ਸੱਸ ਨੂੰ ਬਰਦਾਸ਼ਤ ਨਹੀਂ ਅੱਛਾ ਫਿਰ ਸੱਸਾਂ ਚ ਇੱਕ ਹੋਰ ਬੜਾ ਸਿਆਸੀ ਪੁਆਇੰਟ ਆ ਗਿਆ ਜਦੋਂ ਮਾਪਿਆਂ ਘਰ ਹੁੰਦੀਆਂ ਨੇ ਨਾ ਜਦੋਂ ਬੱਚੇ ਨਿੱਕੇ ਨਿੱਕੇ ਹੁੰਦੇ ਤੇ ਉਦੋਂ ਆਉਂਦੀਆਂ ਅਸੀਂ ਸੱਸ ਨਾਲ ਨਹੀਂ ਰਹਿਣਾ ਤੇ ਜਦੋਂ ਆਪ ਸੱਸਾਂ ਬਣਦੀਆਂ ਫਿਰ ਆਉਂਦੀਆਂ ਨੇ ਨੌਵਾਂ ਮੇਰੇ ਨਾਲ ਰਹਿਣ ਕਲਮਾ ਪੜ ਕੇ ਦੱਸੋ ਜੇ ਸਾਡੀਆਂ ਮਾਵਾਂ ਆਪਣੀ ਸੱਸ ਨਾਲ ਰਹਿਣਾ ਪਸੰਦ ਕਰਨ ਅਰ ਇਹਨਾਂ ਦੀਆਂ ਨੌਵਾਂ ਵੀ ਆਪਣੀ ਸੱਸ ਨਾਲ ਰਹਿਣਾ ਪਸੰਦ ਸਹੀ ਗੱਲ ਤੇ ਇੱਥੇ ਦੇ ਮਾਮਲੇ ਹੋਰ ਫਰਿੱਜ ਨੂੰ ਹੱਥ ਲਾਵੇ ਬੱਚਾ ਮਾਂ ਕੁਛ ਨਹੀਂ ਕਹਿੰਦੀ ਫਰਿੱਜ ਨੂੰ ਹੱਥ ਲਾਵੇ ਦੋਤਰਾ ਮਾਂ ਕੁਛ ਨਹੀਂ ਕਹਿੰਦੀ ਨਾਨੀ ਕੁਛ ਨਹੀਂ ਕਹਿੰਦੀ ਫਰਿੱਜ ਨੂੰ ਹੱਥ ਲਾਵੇ ਪੋਤਰਾ ਦਾਦੀ ਕੁਛ ਨਹੀਂ ਕਹਿੰਦੀ ਫਰਿੱਜ ਨੂੰ ਹੱਥ ਲਾਵੇ ਆਪਣੀ ਧੀ ਬੱਚਾ ਕੁਛ ਨਹੀਂ ਕਹਿੰਦੀ 18 ਸਾਲ ਪੁਰਾਣੀ ਫਰਿੱਜ ਦਾ ਹੈਂਡਲ ਤੋੜ ਦੇਵੇ ਕੁਛ ਨਹੀਂ ਕਹਿੰਦੀ ਸੈਲਫਾਂ ਡੇਟ ਦੇਵੇ ਕੁਛ ਨਹੀਂ ਕਹਿੰਦੀ ਵਿੱਚੋਂ ਦੁੱਧ ਰੋੜ ਦਿਨ ਬੱਚੇ ਕੁਛ ਨਹੀਂ ਕਹਿੰਦੀ ਜੂਣੀ ਦਰਾਣੀ ਜਠਾਣੀ ਦੇ ਬੱਚੇ ਨੇ ਹੱਥ ਲਾਇਆ ਨਹੀਂ ਕੁਛ ਲੱਗ ਪੈਂਦੀ ਵੇ ਅੰਦਰ ਫਰਿੱਜ ਖੋਚ ਲੋ ਦੇਵੇ ਬੇੜਾ ਗਰਕ ਹੋ ਗਿਆ ਵੇ ਗੈਸ ਹੀ ਸਾਰੀ ਖਾਣ ਤੋਂ ਯਾਰ ਗੱਲ ਹਾਸੇ ਚ ਕਰਦੇ ਆ ਪਰ ਇਹਨਾਂ ਦੇ ਪੁਆਇੰਟ ਉੱਤੇ ਲੌਜੀਕ ਜਿਹੜੇ ਹੁੰਦੇ ਆ ਨਾ ਬਰਦਾਸ਼ਤ ਨਾ ਕਰੇ ਉਹ ਕਿੱਥੋਂ ਇੱਜ਼ਤ ਲੱਭਦੀ ਪਈ ਸਹੀ ਗੱਲ ਕਲਮਾ ਪੜ ਕੇ ਦੱਸਦੀਆਂ ਕਰਦੀਆਂ ਪਈਆਂ ਨੇ ਕਿ ਨਹੀਂ ਕਰਦੀਆਂ ਆਪਣੇ ਬੱਚਿਆਂ ਨੂੰ ਬਰਦਾਸ਼ਤ ਕਰਦੀਆਂ ਦੂਸਰੇ ਨੂੰ ਬਰਦਾਸ਼ਤ ਨਹੀਂ ਕਰਦੀਆਂ ਆਪਣੇ ਦਾ ਨੁਕਸਾਨ ਬਰਦਾਸ਼ਤ ਦੂਸਰੇ ਦਾ ਬਰਦਾਸ਼ਤ ਮੈਂ ਤੇ ਕਹਾਂ ਦੱਸਾਂਗਾ ਲੋਕਾਂ ਨੂੰ ਕਿ ਬੀਬੀਆਂ ਤੇ ਆਪ ਔਰਤ ਜ਼ਾਤ ਨੂੰ ਬਰਦਾਸ਼ਤ ਨਹੀਂ ਕਰਦੀਆਂ ਔਰਤ ਜ਼ਾਤ ਔਰਤ ਨੂੰ ਬਰਬਾਦ ਕਰਨ ਲਈ ਇਸ ਦੌਰ ਚ ਕਾਫੀ ਹੈ ਬੰਦੇ ਦਾ ਕੋਈ ਰੋਲ ਨਹੀਂ 95% ਔਰਤਾਂ ਔਰਤ ਦੀ ਵਜ੍ਹਾ ਤੋਂ ਜਲਣ ਦਈਆਂ ਹਾਂਜੀ 5% ਬੰਦਿਆਂ ਦਾ ਹਿੱਸਾ ਹੈ ਬੀਬੀਆਂ ਹੀ ਆਉਂਦੀਆਂ ਜਨਾਬ ਬੰਦੇ ਦੇ ਕੰਨ ਭਰਦੀਆਂ ਨੇ ਆਉਂਦਾ ਅੱਛਾ ਆ ਵੇ ਸਵੇਰੇ ਹੀ ਸੀ ਜੇ ਬੀਬੀਆਂ ਬਰਦਾਸ਼ਤ ਨਹੀਂ ਕਰਦੀਆਂ ਤਾਂ ਕੁਛ ਵੀ ਨਾ ਹੋਵੇ ਕੰਨ ਭਰੇ ਨਹੀਂ ਪਰ ਸਾਡੇ ਜਿੱਥੇ ਹੋਵੇ ਇੱਕ ਕਮਲਾ ਉਹਨੂੰ ਸਮਝਾਵੇ ਵਿਹੜਾ ਜਿੱਥੇ ਹੋਵੇ ਵਿਹੜਾ ਕਮਲਾ ਉਹਨੂੰ ਸਮਝਾਵੇ ਕਿਹੜਾ ਸਹੀ ਹੈ ਸਾਰੇ ਸਮਝਾਉਣ ਵਾਲੀ ਕਮਲੇ ਹੋਵੇ
ਸੋ ਗਾਈਜ਼, ਇਹ ਸੀ ਅੱਜ ਦੀ ਵੀਡੀਓ ਦੇ ਵਿੱਚ ਯਾਰ ਆਪਾਂ ਦੇਖਿਆ ਕਿ ਨਾਸਰ ਮਦਨੀ ਸਾਹਿਬ ਆਪਣੇ ਸਟਾਈਲ ਦੇ ਵਿੱਚ ਸਮਝਾ ਰਹੇ ਆ ਚੀਜ਼ਾਂ, ਅਤੇ ਬੜੀ ਬਾਖੂਬੀ ਢੰਗ ਨਾਲ ਸਮਝਾਉਂਦੇ ਆ ਯਾਰ ਉਹਨਾਂ ਦਾ ਤਰੀਕਾ, ਚਾਹੇ ਲੋਕਾਂ ਨੂੰ ਉਹ ਹਸਾਉਂਦੇ ਆ ਪਰ ਜਿਹੜੀ ਉਹ ਗੱਲ ਕਹਿ ਜਾਂਦੇ ਨਾ ਉਹ ਬੜੀ ਡੂੰਘਾਈ ਵਾਲੀ ਹੁੰਦੀ ਆ। ਅੱਜ ਦਾ ਜਿਹੜਾ ਟੋਪਿਕ ਸੀ ਉਹ ਲੇਡੀਜ਼ ਦਾ ਸੀਗਾ। ਇਹ ਗੱਲ ਨਹੀਂ ਹੈ ਕਿ ਸਾਰੀਆਂ ਕਮੀਆਂ ਲੇਡੀਜ਼ ਦੇ ਵਿੱਚ ਹੀ ਆ, ਬਟ ਅੱਜ ਜਿਹੜੀ ਗੱਲ ਆ ਉਹ ਲੇਡੀਜ਼ ਦੀ ਹੋ ਰਹੀ ਹੈ, ਠੀਕ ਹੈ। ਸੋ ਇਹਨਾਂ ਨੇ ਗੱਲਾਂ ਤਾਂ ਸਾਰੀਆਂ ਸਹੀ ਕੀਤੀਆਂ ਬਈ, ਤੁਸੀਂ ਸਾਰੇ ਜਣੇ ਰਿਲੇਟ ਕਰ ਸਕਦੇ ਹੋ ਕਿ ਇੱਦਾਂ ਦੇ ਲੋਕ ਹੁੰਦੇ ਆ ਦੁਨੀਆ ਵਿੱਚ, ਠੀਕ ਹੈ, ਇੱਦਾਂ ਦੀਆਂ ਲੇਡੀਜ਼ ਵੀ ਹੁੰਦੀਆਂ ਜੋ ਇੱਦਾਂ ਕਰਦੀਆਂ। ਅਤੇ ਕਿਉਂਕਿ ਜ਼ਿੰਦਗੀ ਤੁਹਾਨੂੰ ਪਤਾ ਦਿਨ 24 ਘੰਟਿਆਂ ਦਾ ਦਿਨ ਹੁੰਦਾ, 24 ਘੰਟੇ ਦੇ ਵਿੱਚ ਆਪਣਾ ਤੁਹਾਡੇ ਆਪਦੀ ਮਾਂ ਨਾਲ, ਆਪਦੀ ਭੈਣ ਨਾਲ, ਜਾਂ ਆਪਦੀ ਵਾਈਫ ਨਾਲ, ਜਾਂ ਫਿਰ ਬਾਹਰ ਤੁਹਾਡਾ ਫਰੈਂਡ ਸਰਕਲ ਹੈ, ਜਾਂ ਤੁਸੀਂ ਕਿਤੇ ਵੀ ਬਾਹਰ ਅੰਦਰ ਜਾਂਦੇ ਹੋ, ਹੈ ਨਾ, ਤੁਸੀਂ ਕਿੰਨਿਆਂ ਨੂੰ ਮਿਲਦੇ ਗਿਲਦੇ ਹੋ, ਕਿੰਨੀਆਂ 100 ਗੱਲਾਂ ਬਾਤਾਂ ਹੁੰਦੀਆਂ, ਤੁਸੀਂ ਨਿੱਕੀਆਂ ਨਿੱਕੀਆਂ ਹੈਲਪਸ ਵੀ ਕਰਦੇ ਹੋ ਕਿਸੇ ਬੰਦੇ ਦੀਆਂ, ਅਤੇ ਉਹ ਬੰਦਾ ਕਾਊਂਟ ਨਹੀਂ ਕਰਦਾ, ਹੈ ਨਾ, ਉਹਨਾਂ ਮਤਲਬ ਕਿ ਭੁੱਲ ਜਾਂਦੇ ਆ, ਜਾਂ ਆਪਾਂ ਇੰਨਾ ਧਿਆਨ ਨਹੀਂ ਦਿੰਦੇ ਕਿਉਂਕਿ ਇਹ ਛੋਟੀਆਂ ਛੋਟੀਆਂ ਚੀਜ਼ਾਂ ਹੁੰਦੀਆਂ। ਬਟ ਇਹਨਾਂ ਛੋਟੀਆਂ ਛੋਟੀਆਂ ਚੀਜ਼ਾਂ ਕਰਕੇ ਹੀ ਤੁਹਾਡਾ ਜਿਹੜਾ ਕਿਰਦਾਰ ਆ ਉਹ ਪਰਸਨੈਲਿਟੀ ਹੈ ਤੁਹਾਡੀ ਜਿਹੜੀ, ਉਹ ਸ਼ੋਅ ਹੁੰਦੀ ਹੈ, ਠੀਕ ਹੈ। ਅਤੇ ਮੇਰੀ ਪੁਆਇੰਟ ਤੁਸੀਂ ਮੇਰੇ ਖਿਆਲ ਸਮਝਣ ਦੀ ਕੋਸ਼ਿਸ਼ ਕਰ ਰਹੇ ਹੋਵੋਗੇ। ਪੁਆਇੰਟ ਇਹੀ ਆ ਕਿ ਚਾਹੇ ਉਹ ਮੁੰਡੇ ਹੋਣ, ਚਾਹੇ ਹੁਣ ਕੁੜੀਆਂ, ਚਾਹੇ ਬੰਦੇ ਹੋਣ, ਚਾਹੇ ਹੋਣ ਬੁੜੀਆਂ, ਠੀਕ ਹੈ, ਮਤਲਬ ਕਿ ਸਭ ਨੂੰ ਇੱਕ ਦੂਜੇ ਦੀ ਰਿਸਪੈਕਟ ਕਰਨੀ ਚਾਹੀਦੀ ਹੈ ਅਤੇ ਇੱਕ ਦੂਜੇ ਦਾ ਆਸਾਨ ਮੰਨਣਾ ਚਾਹੀਦਾ, ਕਿਉਂਕਿ ਇੱਦਾਂ ਦੀਆਂ ਬੁੜੀਆਂ ਵੀ ਬਹੁਤ ਹੁੰਦੀਆਂ ਲੇਡੀਜ਼, ਆਈ ਥਿੰਕ ਕਿ ਜਿਹੜੀਆਂ ਆਸਾਨ ਨਹੀਂ ਮੰਨਦੀਆਂ। ਜਿਵੇਂ ਅੱਜ ਆਪਾਂ ਗੱਲ ਕਰ ਰਹੇ, ਇਹਨਾਂ ਨੇ ਇੱਕ ਦੇਖੋ ਕਿੰਨੀ ਬਰੀਕੀ ਵਿੱਚ ਐਗਜ਼ਾਮਪਲਸ ਦਿੱਤੀਆਂ ਇਹਨਾਂ ਨੇ, ਥੋੜ੍ਹੀਆਂ ਵੀ, ਜੇ ਤੁਸੀਂ ਰੋਜ਼ਾ ਰੱਖਦੀਆਂ ਤਾਂ ਦਹੀਂ ਲੈਣ ਵਾਸਤੇ ਬੰਦਾ ਲਾਈਨ 'ਚ ਲੱਗਦਾ, ਬੱਸ 'ਚ ਆਉਂਦੇ ਹਾਂ ਤਾਂ ਬੰਦਾ ਖੜ੍ਹੇ ਹੋ ਜਾਂਦੇ ਆ ਕਿ ਲੇਡੀਜ਼ ਬੈਠ ਜਾਣ, ਹੈ ਨਾ, ਮਤਲਬ ਇੱਦਾਂ ਦੀਆਂ ਕਿੰਨੀਆਂ ਐਗਜ਼ਾਮਪਲਸ ਆ ਯਾਰ ਜਿੱਥੇ ਲੇਡੀਜ਼ ਨੂੰ ਰਿਸਪੈਕਟ ਦਿੱਤੀ ਜਾਂਦੀ ਹੈ ਆਪਣੇ ਸਮਾਜ ਵਿੱਚ, ਠੀਕ ਹੈ। ਅਤੇ ਫਿਰ ਜੇਕਰ, ਕਿਉਂਕਿ ਇਹ ਨਹੀਂ ਹੈ ਕਿ ਸਾਰੇ ਖੁਸ਼ ਹੁੰਦੇ ਆ, ਕੁਝ ਜਿੱਦਾਂ ਜਿਨ੍ਹਾਂ ਦੀ ਇਹ ਗੱਲ ਕਰ ਰਹੇ ਆ, ਕੁਝ ਲੇਡੀਜ਼ ਇੱਦਾਂ ਦੀਆਂ ਹੁੰਦੀਆਂ, ਠੀਕ ਹੈ, ਜੋ ਮਤਲਬ ਕਿ ਇੱਦਾਂ ਸਮਾਜ ਵਿੱਚ ਭੜਕਾਊ ਕੰਮ ਹੁੰਦੇ ਆ ਉਹਨਾਂ ਨੂੰ ਉਤਸ਼ਾਹਿਤ ਕਰਦੀਆਂ। ਨੋ ਡਾਊਟ ਯਾਰ, ਸ਼ਿਕਾਇਤ ਤਾਂ ਸਭ ਦੀਆਂ ਹੁੰਦੀਆਂ, ਐਂ ਨਹੀਂ ਕਹਿ ਰਿਹਾ ਕਿ ਬੰਦੇ ਬਹੁਤ ਉਹ ਹੋ ਗਏ, ਬੰਦਿਆਂ 'ਚ ਵੀ ਕਮੀਆਂ ਹੁੰਦੀਆਂ, ਬਹੁਤ ਕਮੀਆਂ ਹੁੰਦੀਆਂ, ਪਰ ਕੋਈ ਵੀ ਬੰਦਾ ਪਰਫੈਕਟ ਨਹੀਂ ਹੈ ਇੱਥੇ, ਠੀਕ ਹੈ, ਨਾ ਉਹ ਲੇਡੀਜ਼ ਹੈ ਨਾ ਉਹ ਜੈਂਟਸ ਆ। ਸੋ ਪਰਫੈਕਟ ਦੀ, ਪਰਫੈਕਸ਼ਨ ਦੀ ਲੋੜ ਨਹੀਂ ਹੁੰਦੀ, ਗੱਲ ਹੁੰਦੀ ਇੱਕ ਟਰੱਸਟ ਦੀ, ਇੱਕ ਪਿਆਰ ਦੀ, ਅਤੇ ਇੱਕ ਤੁਹਾਡਾ ਨੇਚਰ ਕਿੱਦਾਂ ਦਾ, ਮਤਲਬ ਤੁਸੀਂ ਕਿੱਦਾਂ ਡੀਲ ਕਰ ਰਹੇ ਹੋ ਬਾਕੀ ਬੰਦਿਆਂ ਨੂੰ, ਹੈ ਨਾ, ਉਹ ਚੀਜ਼ਾਂ ਮੈਟਰ ਕਰਦੀਆਂ। ਅਤੇ ਇਹਨਾਂ ਨੇ ਜਿਹੜੀਆਂ ਐਗਜ਼ਾਮਪਲਾਂ ਹੁੰਦੀਆਂ ਯਾਰ, ਸੱਚੀ ਮੈਂ ਇੱਦਾਂ ਦਾ ਬੰਦਾ ਕੋਈ ਨਹੀਂ ਦੇਖਿਆ ਦੁਨੀਆ 'ਚ ਜਿਹੜਾ ਇੱਦਾਂ ਬਿਆਨ ਕਰਦਾ ਹੋਵੇ। ਮੈਂ ਮੁਸਲਿਮ ਦੀ ਗੱਲ ਕਰ ਰਿਹਾ, ਮੁਸਲਿਮ ਕਮਿਊਨਿਟੀ ਦੇ ਵਿੱਚ ਇਹਨਾਂ ਦਾ ਜਿਹੜਾ ਵੇ ਆਫ ਟਾਕਿੰਗ ਹੈ ਨਾ, ਇੱਕ ਬੱਚਿਆਂ ਨੂੰ ਸਮਝਾਉਣ ਦਾ ਜਿਹੜਾ ਤਰੀਕਾ ਹੈ ਯਾਰ, ਹੈਟਸ ਆਫ ਮੈਨ। ਇਹ ਸਿਰਫ ਮੁਸਲਿਮ ਹੀ ਨਹੀਂ ਇਹਨਾਂ ਨੂੰ ਸੁਣਦੇ, ਹੋਰ ਵੀ ਬੜੇ ਲੋਕ ਹੈ ਜਿਹੜੇ ਪੰਜਾਬੀ ਇੱਧਰ ਇੰਡੀਆ ਦੇ, ਪੰਜਾਬ ਦੇ ਆ, ਇੰਡੀਆ ਦੇ ਹਿੰਦੂ ਆ, ਹੈ ਨਾ, ਜਾਂ ਹੋਰ ਕਮਿਊਨਿਟੀ ਦੇ ਬੰਦੇ, ਉਹ ਵੀ ਇਹਨਾਂ ਨੂੰ ਸੁਣਦੇ ਆ, ਕਿਉਂਕਿ ਇਹਨਾਂ ਦੀਆਂ ਗੱਲਾਂ ਜਿਹੜੀਆਂ ਹੁੰਦੀਆਂ ਉਹ ਸੋਸ਼ਲ ਤੱਤਾਂ 'ਤੇ ਆਧਾਰਿਤ ਹੁੰਦੀਆਂ, ਠੀਕ ਆ, ਕਿਉਂਕਿ ਉਹ ਚੰਗੀਆਂ ਗੱਲਾਂ ਕਰਦੇ ਆ, ਜੋ ਸੋਸ਼ਲ ਇਸ਼ੂਜ਼ ਹੁੰਦੇ ਆ ਉਹਨਾਂ 'ਤੇ ਗੱਲ ਕਰਦੇ ਆ, ਗੱਲ ਕਰਦੇ ਉਹ ਧਰਮ ਦੇ ਜ਼ਰੀਏ। ਅਤੇ ਇੱਦਾਂ ਦੇ ਹੀ ਇੱਕ ਸ਼ਖਸ ਨੇ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ, ਇੱਧਰ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ, ਠੀਕ ਹੈ, ਉਹਨਾਂ ਦੇ ਵੀ ਲੌਜਿਕ ਬੜੇ ਸਟਰੋਂਗ ਹੁੰਦੇ ਆ ਗੱਲ ਨੂੰ ਕਰਨ ਦੇ, ਅਤੇ ਇਹਨਾਂ ਦੇ ਵੀ ਲੌਜਿਕ, ਪੱਕਾ ਲੌਜਿਕ ਹੁੰਦਾ ਇਹਨਾਂ ਦਾ, ਮਤਲਬ ਇਹਨਾਂ ਦੀ ਗੱਲ ਦੇ ਵਿੱਚ ਡੂੰਘਾ ਲੌਜਿਕ ਹੁੰਦਾ। ਜੇਕਰ ਧਿਆਨ ਨਾਲ ਆਪਾਂ ਸੁਣੀਏ ਨਾ, ਤਾਂ ਤੁਹਾਨੂੰ ਇਹਨਾਂ ਦੀਆਂ ਗੱਲਾਂ ਸੁਣ ਸੁਣ ਕੇ ਤੁਸੀਂ, ਤੁਹਾਡੀ ਜ਼ਿੰਦਗੀ ਬਦਲ ਸਕਦੀ ਹੈ ਯਾਰ, ਸੀਰੀਅਸਲੀ। ਇਹ ਮੈਟਰ ਨਹੀਂ ਕਰਦਾ ਤੁਸੀਂ ਕਿਸ ਧਰਮ ਤੋਂ ਬਿਲੋਂਗ ਕਰਦੇ ਆ, ਮੈਟਰ ਕਰਦਾ ਤੁਹਾਨੂੰ ਇਹ ਚੰਗੇ ਇਨਸਾਨ ਬਣਾ ਰਹੇ ਆ। ਜਿੰਨੇ ਵੀ ਦੁਨੀਆ ਵਿੱਚ ਇੱਕ ਚੰਗਾ ਇਨਸਾਨ ਬਣਨਾ ਤਾਂ ਇਹਨਾਂ ਨੂੰ ਜ਼ਰੂਰ ਸੁਣਿਆ ਕਰੋ ਯਾਰ, ਸਿੱਧੀ ਜੀ ਗੱਲ। ਬਾਕੀ ਵੀਡੀਓ ਨੂੰ ਸ਼ੇਅਰ ਕਰ ਦਿਉ ਹੁਣ ਰੱਜ ਕੇ, ਠੀਕ ਹੈ, ਅਤੇ ਘਰ ਬੈਠੇ ਆ ਵਿਹਲੇ, ਬਟਨ ਹੁਣ ਆਪਣਾ ਜਾਇਓ ਸਬਸਕ੍ਰਾਈਬ ਵਾਲਾ ਦੱਬ ਕੇ, ਠੀਕ ਹੈ, ਅਤੇ ਮੈਂ ਮਿਲੂੰਗਾ ਤੁਹਾਨੂੰ ਕਿਸੇ ਹੋਰ ਵੀਡੀਓ ਦੇ ਵਿੱਚ। ਤਦ ਅਗਲੀ ਮੈਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ, ਅਤੇ ਚੱਕੀ ਰੱਖੋ ਇੱਦਾਂ ਹੀ ਕੰਮ।